ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਹਰਦੀਪ ਕੌਰ, ਆਪਣੇ ਚੈਨਲ 'ਤੇ ਸਵਾਗਤ ਹੈ। ਅਸੀਂ ਸਾਰੇ ਠੀਕ ਠਾਕ ਹਾਂ ਜੀ, ਵਾਹਿਗੁਰੂ ਦੀ ਕਿਰਪਾ ਨਾਲ। ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ, ਠੀਕ ਹੋਵੋਗੇ। ਅਸੀਂ ਜੀ ਬਣਾਈ ਹੈ ਹੁਣ ਦੁਪਹਿਰ ਦੀ ਚਾਹ, ਅਤੇ ਅੱਜ ਸਾਰੇ ਟੱਬਰ ਨੇ ਕੇਸੀ ਇਸ਼ਨਾਨ ਕਰਿਆ ਹੈਗਾ, ਸਾਰਿਆਂ ਨੇ ਵਾਲ ਧੋਤੇ ਨੇ, ਸਾਫ਼ ਕਰੇ ਨੇ, ਨੇਰੀ ਨਾਲ ਰੋਜ਼ ਹੀ ਗੰਦੇ ਹੋਏ ਰਹਿੰਦੇ ਨੇ। ਦਿਨ ਹੈਗਾ ਜੀ ਅੱਜ ਐਤਵਾਰ, ਸਾਡੀ ਸੁਖਮਨ ਨੇ ਹਜੇ ਸਿਰ 'ਤੇ ਤੇਲ ਨਹੀਂ ਲਵਾਇਆ, ਤਾਂ ਹੱਥ ਹੁਣ ਤਾਰ ਕੇ ਲਿਆਉਂਦੀ ਆ। ਵਿੱਚ ਚਾਹ ਪੀ ਲਾ, ਨੇ ਰੋਟੀ ਖਾ ਲਾ, ਇਹਨਾਂ ਨੇ ਪਿਓ ਜੀ ਨੇ ਸ਼ੱਕਰ ਕਿਉਂ ਨਾ ਰੋਟੀ ਖਾਧੀ ਸੀ, ਮੈਨੂੰ ਹਜੇ ਭੁੱਖ ਨਹੀਂ, ਮੈਂ ਕਬੇੜੇ 'ਚ ਖਾਧੀ ਸੀ, ਭੁੱਖ ਲੱਗੀ ਫਿਰ ਖਾ ਲਵਾਂਗੇ। ਚਾਹ ਪਾਈ ਪੀਏ, ਭਾਂਡੇ ਚਾਹ ਪੀਣੀ ਆ। ਅਤੇ ਸਰਦਾਰ ਜੀ ਆਏ ਨੇ ਜੀ ਮੂੰਗੀ ਬੀਜ ਕੇ, ਇੱਕ ਮੂੰਗੀ ਬੀਜ ਕੇ ਆਏ, ਚਾਰ ਕਿੱਲੇ ਬੀਜ ਕੇ, ਚਾਰ ਕਿੱਲੇ ਮੂੰਗੀ ਦੇ ਬੀਜ ਅਤੇ 6 ਕਿੱਲੇ ਚਾਰ ਵਾਲੀ ਮੱਕੀ ਦੇ ਬੀਜ ਅਤੇ 1 ਕਿੱਲਾ ਚਾਰ ਵੱਟ ਕੇ ਜਿਹੜੀ ਹਰ ਰੋਜ਼ ਹੁਣ 2 ਕਿੱਲੇ ਲਿਆ ਕਰਾਂਗੇ ਮੱਕੀ, ਉਹ ਬੀਜ ਤਾਂ ਜਾਣੀ ਕਿ 7 ਕਿੱਲੇ ਮੱਕੀ ਦੇ ਹੋ ਗਏ, 4 ਕਿੱਲੇ ਹੋ ਗਏ ਮੂੰਗੀ ਦੇ, 11 ਕਿੱਲੇ ਜੀ ਫਸਲ ਬੀਜੂਗੀ, ਠੀਕ ਹੈ ਜੀ। ਅਤੇ ਰਹਿ ਗਏ ਮਗਰ 7 ਕਿੱਲੇ, ਤਾਂ ਇਹਨੂੰ ਉਹ 'ਚ ਰੂੜੀ ਦੀ ਖਾਦ ਪਾਉਣੀਆਂ ਨਹੀਂ, ਤਾਂ ਉਹਦੇ ਵਿੱਚ ਵੀ ਕੁਛ ਪਾ ਦਾਂਗੇ, ਦੋਨਾਂ ਤਰ੍ਹਾਂ ਰੂੜੀਆਂ ਪਈਆਂ ਨੇ ਅੱਡੇ ਅੱਡੇ, ਫਿਰ ਉਹ 'ਚ ਰੂੜੀ ਦੀ ਖਾਦ ਪਾਉਣੀਆਂ, ਠੇਕੇ ਦੀ ਵੱਧ ਵਾਹਣ ਆਪਣੇ ਘੱਟ। ਅਤੇ ਬਾਕੀ ਹੈ ਨਾ, ਅਤੇ ਹਜੇ ਸਾਡੀ ਪੱਲੀ 'ਤੇ ਕਣਕ ਵੀ ਪਈ ਹੈ, ਸੁੱਕੀ ਨਹੀਂ ਹੈਗੀ, ਉਹ 1-2 ਦਿਨ ਹੋਰ ਧੁੱਪ ਲਵਾ ਲਈਏ ਚੰਗੀ ਤਰ੍ਹਾਂ, ਫਿਰ ਮਖਾਂ ਉਹਨੂੰ ਤਿਆਰ ਕਰਕੇ ਰੱਖ ਦਾਂਗੇ ਸਾਰੇ ਬੀਜ, ਜੋ ਵੀ ਸਮਾਨ ਰਲਾ ਕੇ ਰੱਖਣਾ ਹੈ ਨਾ, ਮੱਝਾਂ ਦਾ ਰਲਾ ਕੇ ਸਮਾਨ ਕੇ ਰੱਖ ਦਾਂਗੇ, ਜਦੋਂ ਲੋੜ ਹੋਈ ਫਿਰ ਬਿਹਾ ਲਾਂਗੇ ਆਪਣੀਆਂ ਮੱਝ ਝੋਟੀਆਂ ਨੇ, 2.5-2.5 3-3 ਮਹੀਨੇ ਰਹਿ ਗਏ ਦੋਨਾਂ ਦੇ, 3-3 ਮਹੀਨੇ ਰਹਿ ਗਏ ਦੋਨਾਂ ਝੋਟੀਆਂ ਦੇ ਸੋਹਣੇ। ਅਤੇ ਫਿਰ ਉਹਨਾਂ ਨੂੰ ਦਾਣਾ ਗਲਾ ਲਿਆ, ਮਗਰ ਚੱਕ ਕੇ ਪਾਇਆ ਜਾਊਗਾ, ਜਿਹੜਾ ਵੀ ਸਮਾਨ ਰਲਾ ਉਹਨਾਂ ਨੂੰ ਰਲਾ ਕੇ 2 ਦਿਨ ਭਰ ਕੇ ਰੱਖ ਲਾਂਗੇ। ਸਰਦਾਰ ਜੀ ਤਾਂ ਅੱਜ ਕਹਿੰਦੇ ਪਾ ਦਿਓ, ਮਖਾਂ ਫਿਰ 2 ਦਿਨ ਧੁੱਪ ਲੱਗ ਜਾਣਗੇ ਕਣਕ ਨੂੰ ਹੋਰ, ਕਿਉਂਕਿ ਫਿਰ ਸਲਾਦੀ ਜੀ ਦਾ ਦਾਣਾ ਵਧੀਆ ਨਹੀਂ ਬਣਦਾ, ਸੁੱਕੀ ਦੀ ਦਾਣਾ ਵਧੀਆ ਬਣਦਾ। ਅਤੇ ਡੈਡੀ ਚਾਹ ਠੰਡੀ ਹੋ ਗਈ ਕਿੱਧਰ ਭਾਗੇ, ਸਬਜ਼ੀ ਵੀ ਹਜੇ ਕੋਈ ਤਿਆਰੀ ਨਹੀਂ, ਕਾਹਦੀ ਬਣਾਈਏ ਸਬਜ਼ੀ ਦੀ, ਕਾਹਦੀ ਤਿਆਰੀ ਬਣਾਈਏ, ਹੁਣ ਤਾਂ ਕੋਈ ਦਾਲ ਕਰੀਏ, ਨਾ ਕਾਬਲੀ ਘਰੇ ਨੇ ਨਾ ਕਾਲੀ ਘਰੇ, ਸੁੱਕੀਆਂ ਦਾਲਾਂ ਮੁੱਕੀਆਂ ਪੀਣ, ਸੌਦਾ ਮੰਗਾਉਣਾ ਤੇ ਡੈਡੀ ਤੋਂ ਸਾਰੇ ਲਵੇ ਲੱਗਿਆ ਕੇ ਸੌਦਾ, ਬਹੁਤ ਸਾਰੀਆਂ ਚੀਜ਼ਾਂ ਖਤਮ ਹੋਈਆਂ ਪੀਣ, ਕੱਲੀ ਮੂੰਗੀ ਮਸਲੀ ਰਹੇਗੀ ਮੰਗਾਉਣਿਆਂ ਦਾਲਾਂ, ਹਰੀ ਮੂੰਗੀ ਤਾਂ ਅੱਗੇ ਵਾਧੂ ਹੋ ਜੂ, ਪਰ ਕਿਰਪਾ ਭਰ ਕੇ ਰੱਖ ਲਾਂਗੇ। ਆਲੂ ਲਾਏ ਤਾਂ ਹੈਗੇ ਜੀ ਘਰੇ, ਕਿੰਨੇ ਹੋ ਗਏ ਸੀ, ਆਲੂਆਂ ਦੀ ਖੇਤੀ ਔਖੀ ਆ, ਬਾਹਲੀ ਔਖੀ ਖੇਤੀ ਆਲੂਆਂ, ਬਸ ਬਸ ਦਾ ਕੁਛ ਹੈ ਨਹੀਂ, ਜਦੋਂ ਕਿਸਾਨ ਦੇ ਖੇਤ 'ਚ ਆਲੂ ਹੁੰਦੇ ਨੇ ਉਦੋਂ 2 ਰੁਪਏ ਕਿੱਲੋ, ਜਦੋਂ ਸਟੋਰਾਂ 'ਚ ਵਗ ਜਾਂਦੇ ਨੇ ਉਦੋਂ 20 ਰੁਪਏ ਕਿੱਲੋ ਹੋ ਜਾਂਦੇ ਨੇ, ਕਿਸਾਨ ਦਾ ਚਿਕਨ। ਚਲੋ ਜੀ ਪੰਜਾਹ ਪੀ ਲਈਏ ਫਿਰ ਮਿਲਦਾ। ਉਹ
ਖਾਣ ਵੇਲਾ ਹੋ ਜਾਂਦਾ, ਪਿੰਡ 'ਚ ਕੱਖਾਂ ਵੇਲਾ ਹੋ ਜਾਂਦਾ, ਪਿੰਡ 'ਚ ਸਾਰਾ ਕੰਮ ਹੋ ਜਾਂਦਾ। ਕੱਟਾ ਕੜਾਲ ਦੀ ਲੱਤ ਚਲਕ ਜਾ ਚੁੱਕਾ ਹੈ। ਦੂਜੀ ਨੂੰ ਕੱਖ ਖਾਲੀ ਉੱਤੇ ਪੈ ਗਈ ਸੀ, ਕੱਪੜੇ ਬਚ ਗਏ, ਪੈਰਾਂ ਤੇ ਸਿੱਟੇ ਜਿਹੇ ਪੈ ਗਏ, ਕੱਪੜੇ ਬਚ ਗਏ। ਬਹੁਤ ਕੁਝ ਦਿੱਤਾ ਇਹਨੂੰ ਵਿਚਾਰੇ, ਠੀਕ ਕਰ ਦੋ ਨਹੀਂ ਪਾਣੀ ਪੀਊਗਾ ਹੁਣ, ਇਹ ਪਾਣੀ ਧਰੀਏ ਇਹਨੂੰ ਪੀ। ਜਿਹੜੇ ਘਰ ਦੀ ਖਾਲ ਆ ਨਾ ਕਹਾਣੀ ਕਢਾਈ ਹੋਈ ਹੈਗੀ, ਦੋ ਬੋਰੀਆਂ ਖਾਲਦੀਆਂ ਆ ਗਈਆਂ ਸੀਗੀਆਂ ਮੰਡੀਆਂ, ਇਹ ਕੜਕਣ ਵਾਲੀ ਅੱਖਾਂ ਨੂੰ ਚੜ੍ਹਦੀ ਆ। ਜੇ ਮੈਂ ਪਹਿਲਾਂ ਥੋੜ੍ਹਾ ਜਿਹਾ ਚਿਰ ਪਹਿਲਾਂ ਭਿਉਣੇ ਫਿਰ ਭੇਜਦੀ ਨਹੀਂ, ਟਾਈਮ ਲੱਗ। ਉਹ ਜਿਹੜੀ ਬਰੀਕ ਜਿਹੀ ਹੁੰਦੀ ਆ ਉਹ ਤਾਂ ਤੂੜੀ ਪਾਉਂਦੇ ਪਾਉਂਦੇ ਭੇਜਦੀ ਭੇਜੀ ਜਾਂਦੀ। ਲਓ ਜੀ ਆਪਾਂ ਨੇ ਕੱਖਣ ਦਾ ਪਾ ਦਿੱਤਾ ਸੀਗਾ ਅਤੇ ਰੈਸਟ ਕਰੀਆ ਪੱਖਾ ਨਾ, ਫਿਰ ਕਹਿੰਦੇ ਨੇ ਜੁੰਟਾਂ ਇੰਨੀਆਂ ਨਿਕਲ ਗਈਆਂ, ਜੁੰਟਾਂ ਇੰਨੀਆਂ ਨਿਕਲ ਗਈਆਂ ਜਿੱਥੋਂ ਉੱਠਦੇ ਨੇ। ਤੁਸੀਂ ਕਹੋਗੇ ਵੀ ਆਹ ਚੇਪੀਆਂ ਕਿਉਂ ਲਾਈਆਂ ਨੇ, ਇਹ ਚੇਪੀਆਂ ਨਾ ਇੱਥੇ ਬੇਲਾਂ ਸੀਗੀਆਂ, ਬਸ ਇਹ ਬੋਰਡ ਬਾਦਲ ਨਾਲ ਰਹਿ ਗਿਆ ਜਿਹਦਾ ਘਰ ਲਿੱਤਾ ਸੀ, ਪੇ ਹੀ ਬੋਰਡ ਨਹੀਂ ਬਾਦਲਿਆ ਹੋਰ ਸਾਰੇ ਬਾਦਲ 'ਤੇ। ਇੱਥੇ ਬੇਲਾਂ ਸੀਗੀਆਂ, ਇਹ ਬੇਲਾਂ ਦੇ ਵਿੱਚ ਨਾ ਭਰਿੰਡਾਂ ਸੀਗੀਆਂ,
ਜਦੋਂ ਪਰਿੰਡਾਂ ਉਹ ਹੁੰਦੀਆਂ ਨੇਗੀਆਂ ਵਿੱਚ ਸੁੱਚ ਦੱਬਦੇ ਆ ਨਾ, ਔਰ ਉਹਨਾਂ ਕੋਲ ਲਵੋ ਉਹ ਕਿ ਹੱਥ 'ਤੇ ਲੜ ਜਾਂਦੀਆਂ ਨੇਗੀਆਂ, ਤਾਂ ਕਰਕੇ ਨਾ ਉੱਥੇ ਬੀਬੀ ਨੇ ਚੇਪੀਆਂ ਲਾ ਦਿੱਤੀਆਂ। ਬਾਕੀ ਗੱਲ ਰੁੱਖ ਪਾਣੇ ਜਿਹਦੀ ਨਾ, ਰੁੱਖਾ ਮੌਸਮ ਜਿਹਾ ਵਾਲਾ ਹੋਇਆ ਪਿਆ, ਹੱਥ ਪੈਰ ਪਾਟੇ ਪਏ ਨੇ, ਮੂੰਹ ਪਾਟ ਫਟਿਆ ਪਿਆ ਬੁੱਲ ਵੱਲ ਜੇ, ਹੈ ਨਾ, ਸਾਰੇ ਪਰਿਵਾਰ ਦੀ ਇਸ ਤਰ੍ਹਾਂ ਖੁਸ਼ਕੀ ਜਿਹੀ ਨਾਲ ਹੋਇਆ ਪਿਆ ਗਾ। ਅਤੇ ਬਾਕੀ ਹੁਣ ਬਹੁਤ ਬਹੁਤ ਧੰਨਵਾਦ ਭੈਣਾਂ ਨੇ, ਕੱਲ੍ਹ ਵਾਲੀਆਂ ਨੇ ਵੀਡੀਓ 'ਚ ਹੈ ਨਾ ਦੱਸਿਆ, ਕਿਸੇ ਨੇ ਗੂਗਲ ਦੀ ਧੂਫ ਦੱਸਿਆ, ਕਿਸੇ ਨੇ ਸ਼ਰਾਬ ਦੀ ਸਪਰੇਅ ਦੱਸਿਆ, ਪਰ ਸਾਨੂੰ ਵੀਰੇ ਐਂ ਲੱਗਦਾ ਗੁਰਵਿੰਦਰ ਵੀਰ ਜੀ ਨੇ ਦੱਸਿਆ ਸੀਗਾ ਵੀ ਭੈਣੇ ਸਰਪੇ ਕਰ ਦਿਉ ਸ਼ਰਾਬ ਦੀ, ਅਸੀਂ ਸ਼ਰਾਬ ਦੀ, ਸਾਡੇ ਨਾ ਕੋਈ ਪੀਂਦਾ ਸ਼ਰਾਬ, ਸਾਨੂੰ ਐਂ ਜੇ ਲੱਗਦਾ ਵੀ ਕਿਵੇਂ ਜੀ ਹੈ ਨਾ, ਕਿੱਥੋਂ ਜੋ ਲਿਆਈਏ ਵੀ ਕੀ ਕਹਿ ਕੇ ਲਿਆਈਏ ਕਿਸੇ ਤੋਂ, ਵੀ ਪਤਾ ਨਹੀਂ ਕਿਸੇ ਨੇ ਪੀਣੀ ਜੀ ਹੋਊ ਹੈ ਨਾ, ਜਦੋਂ ਆਪਾਂ ਖਾਣੀ ਪੀਣੀ ਨਾ ਹੋਵੇ ਘਰੇ, ਇਸ ਤਰ੍ਹਾਂ ਜੋ ਚਲ ਘੋਰ ਵੱਜਦੀ ਬਾਹਰ ਖੁੱਲ੍ਹਾ। ਅਤੇ ਸਾਰਾ ਦਿਨ ਕੰਮਾਂ 'ਚ ਨਾ ਦਮ ਨਿਕਲਦਾ ਰਹਿੰਦਾ ਗਾ, ਪਤਾ ਨਹੀਂ ਭੈਣਾਂ ਕਿਵੇਂ ਕਹਿ ਦਿੰਦੀਆਂ ਨੇ ਵੀ ਅਸੀਂ ਸਾਧਨ ਵਿਹਲੇ ਨੇ, ਇੰਨਾ ਤਾਂ 2 ਘੰਟੇ ਤਾਂ ਜ਼ਰੂਰ ਅਸੀਂ 11 ਵਜੇ ਤੋਂ ਲੈ ਕੇ ਮੈਂ 1-1:30 ਵਜੇ ਤੱਕ ਵਿਹਲੀ ਹੁੰਦੀ ਹੈਗੀ, 1:30 ਵਜੇ ਉੱਠ ਕੇ ਫਿਰ ਮੈਂ ਸਬਜ਼ੀ ਦੀ ਤਿਆਰੀ ਕਰਨ ਲੱਗ ਜਾਂਦੀ ਹਾਂ। ਹੁਣ ਨਾ ਮੈਂ ਮੱਝਾਂ ਦੇ ਕੱਖ ਪਾ ਕੇ ਆ ਕੇ ਨਹੀਂ ਤਾਂ ਅੱਜ ਧਰਾਂਗੇ ਦਾਲ ਤੜਕਾ ਇਹਦਾ ਗਾ, ਮੈਂ ਉੱਧਰ ਮਲਾਈ ਸੁਣ ਕੈਮਰਾ ਚੇਂਜ ਕਰਕੇ ਦਿਖਾਉਣੇ, ਫਿਰ ਆਪਾਂ ਗੱਲਾਂ ਕਰਦੇ। ਇੱਧਰ ਤਾਂ ਮੈਂ ਮਲਾਈ 'ਚ ਮਧਾਣੀ ਲਾਈ ਹੈਗੀ, ਅਤੇ ਇੱਧਰ ਅੱਜ ਕੁਛ ਗਰਦ ਜੀ ਘੱਟ ਸੀਗੀ, ਹਨੇਰੀ ਜੀ, ਅੱਗੇ ਨੂੰ ਰੋਜ਼ ਹਵਾ ਚੱਲਦੀ ਹੁੰਦੀ। ਇੱਧਰ ਆਪਣੇ ਪਿਆਜ਼ ਲਸਣ ਅਦਰਕ ਭੁੱਜ ਰਿਹਾ ਹੈਗਾ, ਅਤੇ ਇਹ ਨਾ ਆਪਾਂ ਘਰਾਂ ਦੇ ਮੂੰਗੀ ਮਸਰੀ ਝੋਂਕੀ ਪਈ ਹੈ, ਅਤੇ ਘੱਟ ਸਲੋਅ ਕਰਿਆ ਹੋਇਆ ਗਾ, ਸਲੋਅ ਕਰਿਆ ਹੋਇਆ ਗਾ, ਇਹ ਸਾਰਾ ਸਮਾਨ ਰਿੱਝ ਜੂਗਾ ਆਪਣਾ, ਪੱਕ ਜੂਗਾ ਕੋਈ। ਰੋਜ਼ ਹੀ ਕਹਿੰਦੀ ਤੀ ਆ ਗਿਆ ਸਮਾਨ, ਅਤੇ ਉੱਧਰ ਤੜਕਾ ਤੁੜਕਾ ਬਸ ਭੁੱਜਦੇ ਆਪਾਂ 1-2 ਗੱਲਾਂ ਕਰ ਲੈਣ ਤੁਹਾਡੇ ਨਾਲ, ਅਤੇ ਬਹੁਤ ਸਾਰੀਆਂ ਭੈਣਾਂ ਹੈ ਨਾ ਕਹਿ ਦਿੰਦੀਆਂ ਨੇ ਤੁਸੀਂ ਐਂ ਉਹ ਕਰਦੇ ਹੋ, ਵੀਰ ਜੀ ਕੰਮ ਨਹੀਂ ਕਰਦੇ, ਤੁਸੀਂ ਕੰਮ ਕਰਦੇ ਰਹਿਣੇ ਹੋ ਸਾਰਾ ਦਿਨ, ਅਤੇ ਉਹਨਾਂ ਦਾ ਤਾਂ ਜੀ ਖੇਤ ਲਈ ਨਹੀਂ ਲੋਟ ਆਉਂਦਾ, ਆਪਣੇ ਕੋਈ ਹੈਲਪਰ ਨਹੀਂ ਹੈਗਾ, ਆਪਾਂ ਹੈਲਪਰ ਨਹੀਂ ਰੱਖਿਆ ਹੈਗਾ, ਤਾਂ ਹੀ ਉਹਨਾਂ ਨੂੰ ਜ਼ੋਰ ਜਿਹਾ ਵੱਧ ਲੱਗ ਗਿਆ, ਤਾਂ ਹੀ ਢੂਹੀ ਦੀ ਪ੍ਰੋਬਲਮ ਹੋ ਗਈ, ਅਤੇ ਇਸ ਕਰਕੇ ਨਾ ਭੈਣਾਂ ਕਹਿੰਦੀਆਂ ਤੁਸੀਂ ਐਂ ਨਾ ਦੱਸਿਆ ਸਬਜ਼ੀ ਦੀ ਵੀਡੀਓ ਨਾ ਬਣਾਇਆ ਕਰੋ, ਫਿਰ ਮੈਨੂੰ ਇਹੋ ਜਿਹਾ ਚੱਲ ਹੈ ਨਾ, ਨਹੀਂ ਤੁਹਾਡੇ ਨਾਲ ਗੱਲਾਂ ਬਾਤਾਂ ਹੋ ਜਾਂਦੀਆਂ ਨੇ, ਨਹੀਂ ਆਪਾਂ ਸਬਜ਼ੀ ਦੀ ਵੀਡੀਓ ਬਣਾ ਲੈਣੇ ਆ, ਅੱਜ ਮੈਂ ਤਾਂ ਹੀ ਨਹੀਂ ਉੱਧਰ ਦਿਖਾਇਆ ਸੋਨੂੰ ਕੁਛ, ਬਸ ਐਂ ਦੱਸਤਾ ਵੀ ਮੂੰਗੀ ਦੀ ਦਾਲ ਧਰੀ ਆਪਾਂ ਨੇ, ਠੀਕ ਆ ਜੀ ਹੈ ਨਾ। ਅਤੇ ਇੱਧਰ ਹਜੇ ਕਣਕ ਜੀ ਸੁੱਕੀ ਨਹੀਂ ਹੈਗੀ ਆਪਣੀ, ਜਿਹੜੀ ਧੋਤੀ ਸੀ ਉਹ ਸਾਂਭਣੀ ਸੀਗੀ, ਅਤੇ ਬਸ ਉਹ ਨਹੀਂ ਸਮੀ ਹੈਗੀ ਮੁੜ ਕੇ, ਅਤੇ ਚੱਲੀ ਜਾਂਦਾ, ਬਹੁਤ ਸਾਰੇ ਸਾਡੇ ਗੋਤੀ ਦੇਖਦੇ ਨੇ ਹੈ ਨਾ ਵੀਡੀਓ ਚਾਇਲਾਂ ਦੇ ਵਿੱਚੀ ਡੋਲਟਾਂ ਦੇ, ਧੰਨਵਾਦ ਭੈਣੇ, ਕਹਿੰਦੀ ਵੀ ਸਾਡਾ ਗੋਤ ਚਹਿਲ ਹੈ ਸਾਡਾ ਡੋਲਟਾ, ਠੀਕ ਆ ਭੈਣੇ ਜੀ ਧੰਨਵਾਦ, ਗੋਤ ਦਾ ਮਾਣ ਰੱਖਦੇ ਹੋ ਵੀਡੀਓ ਦੇਖਦੇ ਹੋ ਹੈ ਨਾ। ਹੁਣ ਨਾ ਬਸ ਘਿਓ ਘੂ ਕੱਢ ਕੇ ਹਜੇ ਮੇਰੇ ਦੁੱਧ ਬਾਅਦ ਵਾਲੇ ਭਾਂਡੇ ਵਿਹਲੇ ਘਰੇ ਪੈਣ ਧੋਣੇ ਨੇਗੇ, ਚਾਹ ਵਾਲੇ ਭਾਂਡੇ ਬੀਬੀ ਮਾਂਜ ਗਈ ਸੀ, ਉੱਧਰ ਵਗ ਜਾਂਦੀ ਹੈ ਹਜੇ ਵੇਲੇ, ਉਹ ਕੱਟੀ ਮੂਹਰੇ ਬੱਠਾ ਰਹਿ ਗਿਆ ਲੇਟੀ ਵਾਲਾ, ਲੇਟੀ ਵਾਲਾ ਬੱਠਾ ਨਾ ਭੰਨ ਦੇ ਚੱਕ ਕੇ ਆਵਾਂ, ਊਈਂ ਸਾਰਾ ਦਿਨ ਬਸ ਇਸ ਤਰ੍ਹਾਂ ਹੀ
ਗੇੜੇ ਲੱਗੀ ਜਾਂਦੇ ਨੇ। ਜਿਵੇਂ ਹੁਣ ਮੈਂ ਉੱਧਰ ਮੱਝਾਂ ਬੰਨ ਕੇ ਆਈ ਤੀ, ਲੇਟੀ ਧਰ ਕੇ ਆਈ ਤੀ, ਉਹ ਲੇਟੀ ਵਾਲਾ ਬੈਠਾ ਬਸ ਇਸ ਤਰ੍ਹਾਂ ਹੀ ਰਹਿ ਗਿਆ, ਔਰ ਖਾਂਦੀ ਸੀ। ਮੈਨੂੰ ਤਾਂ ਐਂ ਸੀਗਾ ਵੀ ਚੱਲ ਖਾ ਕੇ ਇੱਕ ਸਾਈਡ ਜੀ ਤਾਂ ਖੁੱਲ੍ਹੀ ਖਾ ਲਈ ਪਈ, ਉੱਧਰ ਨੂੰ ਧੱਕ ਉਹ ਵਿਚਾਲੇ ਧੱਕੇ ਬੈਠੇ ਜੀ। ਦਾਲ ਦਾ ਕੰਮ ਹੀ ਨਿਬੜ ਗਿਆ, ਤੜਕਾ ਲਾ ਕੇ ਮੂੰਗੀ ਪਾ ਦਿੱਤੀ ਵਿੱਚ। ਇੱਧਰ ਆਪਾਂ ਨੇ ਘੱਟ ਕਰ ਦਿੱਤਾ ਗਾ ਚੁੱਲ੍ਹਾ, ਅਤੇ ਲੂਣ ਦਾ ਨੀ ਡਾ ਦਿੱਤੀ ਹੈ। ਹੁਣ ਆਪਾਂ ਆਉਣੇ ਕਰਕੇ ਬੱਠਲ ਪਰਾਂ, ਬੱਠਲ ਪਰਾਂ ਕਰਕੇ ਆਉਣੇ ਆਪਾਂ ਮੱਝ ਥੱਲੋਂ। ਅਸੀਂ ਬਸ ਸਾਰਾ ਦਿਨ ਤਾਣਾ ਤਣੀ ਜਾਂਦੇ। ਦੇਖੇ ਮੈਨੂੰ ਨਾ ਹੁਣ ਆਇਆ ਭਾਈ, ਇਸ ਤਰ੍ਹਾਂ ਜਾਨਵਰ ਟੂਟੀ 'ਤੇ ਪਾਣੀ ਪੀਂਦੇ ਨੇ। ਜੇ ਮੈਂ ਬੱਠਲ ਧਰਦਿਆਂ ਗਰਮ ਹੋ ਜਾਂਦਾ। ਸੁਣ ਜੀਂਦੀ ਹੁਣ ਟੂਟੀ 'ਤੇ ਚਿੜੀ ਬੈਠੀ, ਕੋਈ ਆਇਆ ਨਹੀਂ ਭਾਈ ਟੂਟੀ ਹੋਰ ਉੱਧਰੋਂ, ਉਹ ਤਾਂ ਬੱਠਲ ਧਰਿਆ ਸੀਗਾ। ਦੇਖੀ ਬੱਠਲ 'ਚ ਤੱਤਾ ਪਾਣੀ ਪੀ ਜਾਂਦੀ ਨੇ, ਉਹ ਆਏ ਹੀ ਨਹੀਂ ਭਾਈ। ਆਹੋ ਕਰਨ ਮੈਂ ਉਹ ਤੋਂ ਕੂੰਡੇ ਲੈਣੇ ਸੀ ਸਾਰੀਆਂ ਭੈਣਾਂ ਨੂੰ, ਮੈਂ ਕਹਿਣਾ ਚਾਹੁੰਦੀ ਹਾਂ, ਮੈਸੇਜ ਦੇਣਾ ਚਾਹੁੰਦੀ ਹਾਂ ਵੀ ਇਹਨਾਂ ਜਾਨਵਰਾਂ ਦਾ ਬਹੁਤ ਔਖਾ, ਚਿੜੀਆਂ ਘੁੱਗੀਆਂ ਦਾ। ਤੁਸੀਂ ਕੂੰਡੇ ਲੈ ਲਓ ਭਾਈ, ਜਿਹੜੇ ਭਾਂਡਿਆਂ ਲਾਉਂਦੇ ਹੁੰਦੇ ਨੇ ਘੁਮਿਆਰ, ਉਹਨਾਂ ਦੇ ਕੂੰਡੇ ਲੈ ਕੇ ਨਾ ਪਾਣੀ 'ਤੇ ਭਰ ਕੇ ਰੱਖਾ ਕਰੋ ਇੱਕ ਦੋ ਥਾਂ। ਹਰ ਇੱਕ ਚਿੜੀਆਂ ਤੱਤਾ ਪਾਣੀ ਪੀ ਜਾਂਦੀਆਂ ਨੇ ਵਿਚਾਰੀਆਂ, ਹਰ ਟੂਟੀਆਂ ਲੱਗ ਗਏ। ਲਓ ਜੀ ਹੁਣ ਆਪਾਂ ਕਰਦੇ ਹਾਂ ਹੋਰ ਸਾਹ, ਬਹੁਤ ਸਾਰੇ ਕੰਮ ਹਲਦੀ ਆਪਣੀ ਹਜੇ ਸੁੱਕੀ ਨਹੀਂ ਹੈਗੀ। ਇਹ ਤਾਂ ਬਹੁਤ ਕੰਮ ਆ ਹਲਦੀ ਦਾ, ਸੁਕਾਉਣੀ ਵਾਲੀ ਔਖੀ, ਅੰਦਰ ਪਾਲਾ ਬਾਹਰੇ ਪਾਲਾ, ਨੇਰੀਆਂ ਦੀ ਰੁੱਤਾਂ ਵਿੱਚ ਰੇਤਾ ਪੈਂਦਾ ਸੀ। ਗੁਰਮਣ ਕੱਟਦੀ ਹੈਗੀ ਕਮਰੇ 'ਚ ਨਾ ਰੋਸ਼ਨਦਾਨ 'ਚ ਉਹ ਲਾਉਣਾ ਹੈਗਾ, ਗਰਦ ਆਉਂਦੀ ਹੈਗੀ ਆਲ ਕੱਟਦੀ ਹੈਗੀ। ਕੈਂਚੀ ਲੱਭੀ ਨਹੀਂ ਹੈ ਗੁਰਮਣ, ਆਹ ਕੱਟਦੀ ਹੈਗੀ, ਇਹ ਆਪਾਂ ਇੱਥੇ ਲਾਉਣਾ ਤੁਹਾਨੂੰ ਦਿਖਾਉਣੇ ਹੈਗੇ। ਉਹ ਰੋਸ਼ਨਦਾਨ 'ਚ ਲਾਉਣਾ ਇੱਥੇ ਨਾ, ਫਿਰ ਏ ਸੀ ਲੱਗਿਆ ਕਰੂ, ਹੁਣ ਹਵਾ ਕੂਲਿੰਗ ਬਾਹਰੇ ਨਿਕਲਿਆ ਕਰੂ, ਦੇਖ ਕਿਤਾਬਾਂ ਦਾ ਫਲਾ ਰਹਾ ਇੱਧਰ ਇਸ ਤਰ੍ਹਾਂ। ਇਹ ਕਮਰਾ ਵਿਹਲਾ, ਕਹਿਣ ਗਿਆ ਮੰਜਾ, ਮੰਜੇ 'ਤੇ ਫਿਰ ਰਾਤ ਨੂੰ ਪੈਂਦੇ ਨੇ, ਜੇ ਬਾਹਰੇ ਕੱਢਦੇ ਨਾ ਗੇਟ ਦੇ ਨਿਸ਼ਾਨ ਪੈਂਦੇ ਨੇ ਜੀ ਪਾਵਿਆਂ ਦੇ। ਕਿਉਂ ਕਿਵੇਂ ਕੱਟਣਾ ਹੈ ਕੈਂਚੀ ਆਪਣੀ, ਪਤਾ ਨਹੀਂ ਕਿੱਧਰ ਗਈ, ਇੱਥੇ ਆਈ ਹੋਈ ਨਹੀਂ। ਇਹ ਨਾ ਕੱਟ ਲਓ ਕਿ ਮੈਂ ਕੱਟਾਂ, ਫੜ ਪੁੱਤ ਇੱਕ ਪਾਸਿਓਂ, ਚੁੰਝ ਜੀ ਨਾਲ ਪਾ ਕੇ ਕੱਟੋ। ਲਓ ਜੀ ਪਾਣੀ, ਮੱਝਾਂ ਨੂੰ ਉਹਨੇ ਚੜ੍ਹਦਾ ਗੋਹਾ, ਬੱਠਲ ਮੇਰਾ ਹੋ ਪਿਆ ਗਾ ਪਾਣੀ ਵਾਲਾ। ਆ ਹੁਣ ਵੋਟਾਂ ਜਾਣ ਖਾਇਆ ਕਰਨਗੇ, ਸੱਤ ਦਿੱਤਾ ਕਿਹੜੀ ਪਾਰਟੀ ਬਣੀ। ਊਂ ਕੋਈ ਕਿਸੇ ਨੂੰ ਸਿਆਣ ਦਾ ਨਹੀਂ, ਵੋਟਾਂ ਦੀਆਂ ਪਿਓਰ ਮੰਗਦੇ ਨੇ। ਉਹਨੇ ਚੁੰਝੀਆਂ ਜਿਹੀਆਂ ਕੱਟੀਆਂ ਬਾਲਾ ਭਾਲਦੀਆਂ ਨੇ ਜੀ, ਉਹਨਾਂ ਨੂੰ ਮੈਂ ਇੱਕ ਮੱਦੀ ਬਾਲਟੀ ਇੱਕ ਲੈ ਜੂ, ਤਿੰਨਾਂ ਨੂੰ ਘੱਟ ਵੱਧ ਵੀ ਹੋਰ ਲੈ ਜੂ। ਚਿੜੀਆਂ ਘੁੱਗੀਆਂ ਬੋਲਦੀਆਂ ਬਾਲੀ ਸੋਹਣੀਆਂ ਲੱਗਦੀਆਂ, ਮੈਂ ਤਾਂ ਇਹ ਝਾਕੀਆਂ ਰਹਿੰਦਾ ਕਹਿੰਦੀ ਵਿੱਚ ਹਾਈਆਂ ਹੋਣਗੀਆਂ ਭੁੱਖੀਆਂ ਹੋਣਗੀਆਂ,
ਦਾਲ ਧਰਨੀ ਸੀ, ਘਿਓ ਬਣਾਉਣਾ ਸੀ, ਘਿਓ ਰਿੜਕ ਕੇ ਫਰਿੱਜੇ 'ਚ ਰਹੀ ਮੱਖਣੀ, ਹੁਣ ਫਿਰ ਟਾਈਮ ਬਾਹਲਾ ਲੱਗਦਾ ਸੀ। ਬੈਂਟਰੀ ਵੀ ਓਕੇ ਬਾਏ ਕਰਦੀ ਜਾਂਦੀ ਹੈਗੀ, ਗੁਰਮਨ ਕਹਿੰਦੀ ਬੈਂਟਰੀ ਖਤਮ ਹੋਣ ਵਾਲੀ ਹੈ। ਅੱਜ ਸਵੇਰ ਦਾ ਫੋਨ ਚਾਰਜ ਨਹੀਂ ਕਰਿਆ ਹੈਗਾ, ਇੱਕ ਨੇ ਫੋਨ ਜਾਂ ਬੈਂਟਰੀ ਵਾਲੀ ਖਾਂਦਾ, ਲੋਹ ਹੋਈ ਹੋਈ ਰਹਿੰਦੀ ਹੈ ਬੈਂਟਰੀ, ਲੋਹ ਹੋਈ ਹੋਈ ਰਹਿੰਦੀ ਹੈ। ਜੇ ਮੈਂ ਹੁਣ ਗੋਹਾ ਸੁੱਟਣ ਲੱਗ ਗਈ ਮੱਝ ਨਾਲ ਪਰਾਂ ਭਾਜੀ, ਉੱਧਰੋਂ ਕੱਟੀ ਦਾ ਪਾਣੀ ਡੋਲਦੇ, ਪਹਿਲਾਂ ਪਾਣੀ ਪਿਆਉਂਦੇ। ਪੀ ਲੱਗ ਤਾਂ ਕੱਲੀ ਪੀ ਦੀ ਬਾਲਟੀ, ਹੁਣ ਕਮਜ਼ੋਰ ਤਾਂ ਵੀ ਤੜਕੇ ਪੀਤਾ ਨਹੀਂ, ਹੁਣ ਮਾਰਦੀਆਂ ਨੇ ਸਾਲਾ। ਲਓ ਜੀ, ਬੈਂਟਰੀ ਵੀ ਬਾਏ ਬਾਏ ਬੋਲਦੀ ਹੈ ਮੋਬਾਈਲ ਦੀ, ਅਤੇ ਆਪਾਂ ਵੀ ਬਾਏ ਬੋਲਦੀਏ, ਕਿਉਂਕਿ ਕੰਮ ਵੀ ਬਹੁਤ ਪੈਣਾ, ਵੀਡੀਓ ਬਹੁਤ ਵੱਡੀ ਹੋ ਗਈ, ਫਿਰ ਭੈਣਾ ਸਟਿੱਪ ਕਰ ਦਿੰਦੇ ਨੇ ਵੀਡੀਓ। ਆਪਾਂ ਕਰੀਏ ਜੀ ਵੀਡੀਓ ਦਾ ਐਂਡ, ਮਿਲਾਂਗੇ ਕੱਲ੍ਹ ਨੂੰ। ਜੇਕਰ ਚੈਨਲ 'ਤੇ ਪਹਿਲੀ ਵਾਰ ਨੂੰ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ।